ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰੂ ਪਿਆਰ ਜੀ ਤੁਹਾਡੇ ਨਾਲ ਬੜੀ ਪਿਆਰੀ ਇੱਕ ਗੱਲ ਕਰਨੀ ਚਾਹੁੰਦਾ। ਪ੍ਰਿੰਦਪਾਲ ਜੀ, ਮੇਰੇ ਨਾਲ ਤੁਸੀਂ ਇਸ ਪਾਸੇ ਆਓ। ਇਹ ਫੁੱਲ ਗੁਲਾਬ ਦਾ ਕਦੇ ਵਕਤ ਸੀ, ਇਸ ਦੀ ਖੂਬਸੂਰਤੀ ਅਤੇ ਪੰਜਾਬ ਦੀ ਖੂਬਸੂਰਤੀ ਦਾ ਦੋਨਾਂ ਦਾ ਆਪਸ ਵਿੱਚ ਵਰਣਨ ਇਕੱਠਿਆਂ ਕੀਤਾ ਜਾਂਦਾ ਸੀ। ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ ਹੋ, ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ। ਇਹ ਬੇਸ਼ੱਕ ਅਮਰੀਕਾ ਦਾ ਫੁੱਲ ਹੈ, ਇਸ ਵਿੱਚ ਖੁਸ਼ਬੂ ਨਹੀਂ, ਪਰ ਪੰਜਾਬ ਦੇ ਫੁੱਲਾਂ ਦੇ ਵਿੱਚ, ਪੰਜਾਬ ਦੀ ਹਵਾ ਦੇ ਵਿੱਚ, ਪੰਜਾਬ ਦੀ ਤਸੀਰ ਦੇ ਵਿੱਚ ਖੁਸ਼ਬੂ ਸੀ, ਜਿਹੜੀ ਕਿ ਅੱਜ ਸ਼ਾਇਦ ਕੁਝ ਸਾਡੇ ਗੁਨਾਹਾਂ ਨੇ ਦੂਰ ਕਰ ਦਿੱਤੀ। ਪਰ ਨਿਰਾਸ਼ ਵੀ ਨਹੀਂ ਹੋਣਾ ਚਾਹੀਦਾ, ਫਿਰ ਇਹ ਖੁਸ਼ਬੂ ਆਏਗੀ, ਫਿਰ ਇਹ ਫੁੱਲ ਖਿੜਨਗੇ, ਕਿਉਂਕਿ ਅਸੀਂ ਹੁਣ ਪਹਿਲੇ ਨਾਲੋਂ ਜ਼ਿਆਦਾ ਜਾਗਰਤ ਹੋ ਗਏ ਹਾਂ। ਸਾਨੂੰ ਹੁਣ ਪਤਾ ਲੱਗ ਗਿਆ ਕਿ ਸਾਡਾ ਨੁਕਸਾਨ ਹੋ ਰਿਹਾ। ਇਸ ਕਰਕੇ ਮੈਂ ਬੇਨਤੀ ਕਰਾਂਗਾ ਸਭ ਨੂੰ ਵੀ ਆਪਣੇ ਘਰਾਂ ਦੇ ਵਿੱਚ ਨਾ ਇੱਕ ਕੋਸ਼ਿਸ਼ ਕਰੋ, ਗੁਲਾਬ ਦਾ ਫੁੱਲ ਲਾਈਏ, ਮਹਿਕਦਾ ਹੋਇਆ ਫੁੱਲ ਜਿਹਦੇ ਵਿੱਚੋਂ ਖੁਸ਼ਬੂ ਹੈ। ਦੇਸੀ ਗੁਲਾਬ 'ਚੋਂ ਖੁਸ਼ਬੂ ਆਉਂਦੀ ਹੈ, ਦੇਸੀ ਗੁਲਾਬ ਦਾ ਗੁਲਕੰਦ ਵੀ ਬਣਦਾ, ਬੜੇ ਗੁਣ ਹਨ। ਪੰਜਾਬ ਵੀ ਬੇਸ਼ੱਕ ਸਮੇਂ ਦੀ ਮਾਰ ਪਈ ਪੰਜਾਬ ਨੂੰ, ਪਰ ਹਿੰਦੁਸਤਾਨ ਦਾ ਸਭ ਤੋਂ ਖੂਬਸੂਰਤ ਪ੍ਰਾਂਤ ਜਿਹੜਾ ਸੀ ਉਹ ਪੰਜਾਬ ਸੀ, ਅਤੇ ਸਭ ਤੋਂ ਮਿਲਾਪੜੇ ਪੰਜਾਬੀ ਅੱਜ ਵੀ ਅਤੇ ਉਦੋਂ ਵੀ ਸੀ। ਸਮੇਂ ਦੀ ਗੱਲ ਕਰਦਾ, ਜਿਹਨਾਂ ਸਮਿਆਂ 'ਚ ਮੈਂ ਜਨਮ ਲਿਆ ਇਸ ਧਰਤੀ 'ਚ, ਅੱਜ ਤੋਂ 60 ਸਾਲ ਪਹਿਲਾਂ ਹੋਸ਼ ਸੰਭਾਲੀ ਮੈਂ 60 ਸਾਲ ਪਹਿਲਾਂ, ਅਤੇ ਬੜੀ ਮੁਹੱਬਤ ਸੀਗੀ ਲੋਕਾਂ ਦੀ, ਅੱਜ ਵੀ ਮੁਹੱਬਤ ਹੈ। ਸਾਡਾ ਇੱਕ ਪੱਖ ਦਿਖਾਇਆ ਜਾਂਦਾ, ਬੁਰਾਈ ਹਰ ਥਾਂ ਹੁੰਦੀ ਹੈ, ਇੱਕ ਜ਼ਰੂਰੀ ਨਹੀਂ ਹੈ ਵੀ ਮੈਂ ਕਹਾਂ ਕਿ ਪੰਜਾਬ 'ਚ ਬੁਰਾਈ ਨੂੰ ਬੁਰਾਈ ਹੈ, ਪਰ ਸਾਡਾ ਬੁਰਾਈ ਵਾਲਾ ਪਾਸਾ ਹੀ ਦਿਖਾਇਆ ਜਾਂਦਾ। ਮੈਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਅਛਾਈ ਵਾਲਾ, ਅੱਛਾ ਜਿਹੜਾ ਪਾਸਾ ਮੈਂ ਉਹ ਦਿਖਾਵਾਂਗਾ ਤੁਹਾਨੂੰ, ਕਿ ਪੰਜਾਬ ਦੀ ਅੱਜ ਵੀ ਜਿਹੜੀ ਚੰਗਿਆਈ ਹੈ ਉਹ ਕਿੰਨੀ ਖੂਬਸੂਰਤ ਹੈ, ਅਤੇ ਪੰਜਾਬ ਦਾ ਮਹਿਕਦਾ ਹੋਇਆ ਮਾਹੌਲ ਅਜੇ ਵੀ ਕਾਇਮ ਹੈ, ਸਿਰਫ ਸਾਨੂੰ ਬਦਨਾਮ ਕੀਤਾ ਜਾ ਰਿਹਾ। ਉਹ ਮੈਂ ਅੱਗੇ ਜਾ ਕੇ ਦੱਸਾਂਗਾ। ਫਿਲਹਾਲ ਗੁਰਿੰਦਪਾਲ, ਇਹ ਫੁੱਲ ਵੀ ਇਹਦਾ ਥੋੜ੍ਹਾ ਜਿਹਾ ਰੰਗ ਵੱਖਰਾ, ਇਹ ਵੀ ਦਿਖਾਓ। ਅਤੇ ਸਮਾਂ ਕਿਉਂਕਿ ਹੁਣ ਬਦਲ ਰਿਹਾ, ਰੁੱਤ ਬਦਲ ਰਹੀ, ਇਸ ਕਰਕੇ ਇਹ ਮੁਰਝਾਉਣ ਵਾਲੇ ਪਾਸੇ ਨਹੀਂ ਜਾ ਰਹੇ ਹੈ, ਪਰ ਇਹ ਸਾਡੇ ਪੰਜਾਬ ਦਾ ਖੂਬਸੂਰਤ ਫੁੱਲ ਸੀਗਾ। ਫਿਰ ਮੈਂ ਉਹ ਪੰਕਤੀ ਦੁਹਰਾਉਣਾ, ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ ਹੋ, ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ ਹੋ। ਉਹ ਪੰਜਾਬ ਫਿਰ ਦੇਖਾਂਗੇ, ਆਪਾਂ ਜ਼ਰੂਰ ਦੇਖਾਂਗੇ, ਸਮਾਂ ਬਦਲੇਗਾ। ਵਾਹਿਗੁਰੂ ਜੀ ਕਾ ਖਾਲਸਾ।